ਅਗਰ ਤੁਸੀਂ ਪੈਟਰੋਲ ਪੰਪ ਤੋਂ ਆਪਣੀ ਗੱਡੀ ਦੀ ਟੈਂਕੀ ਫੁੱਲ ਕਰਵਾਉਂਦੇ ਹੋ ਤਾਂ ਹੋ ਜਾਓ ਸਾਵਧਾਨ, ਕਿਉਂਕਿ ਪੈਟਰੋਲ ਪੰਪਾਂ ਤੇ ਹੋ ਰਿਹਾ ਇੱਕ ਵੱਡਾ ਸਕੈਮ। ਪੈਟਰੋਲ ਪੰਪ ਤੇ ਟੈਂਕ ਵੀ ਪੂਰਾ ਨਹੀਂ ਭਰਨਗੇ ਤੇ ਲੈ ਵੀ ਲੈਣਗੇ ਤੁਹਾਡੇ ਤੋਂ ਸਾਰੇ ਪੈਸੇ। ਸਤਿ ਸ਼੍ਰੀ ਅਕਾਲ, ਤੁਸੀਂ ਦੇਖ ਰਹੇ ਹੋ ਫੈਕਟ ਨਿਊਜ਼ ਤੇ ਮੈਂ ਸਿਮਰਨ ਧਾਲੀਵਾਲ। ਅਗਰ ਤੁਸੀਂ ਲਗਾਤਾਰ ਇੱਕ ਪੈਟਰੋਲ ਪੰਪ ਤੋਂ ਆਪਣਾ ਗੱਡੀ ਦਾ ਸਾਰਾ ਫੁੱਲ ਟੈਂਕ ਕਰਵਾਉਂਦੇ ਹੋ ਤਾਂ ਸਾਵਧਾਨ ਹੋਣ ਦੀ ਲੋੜ ਹੈ, ਕਿਉਂਕਿ ਪੈਟਰੋਲ ਪੰਪਾਂ ਤੇ ਵੱਡਾ ਸਕੈਮ ਚੱਲ ਰਿਹਾ। ਉਹ ਤੁਹਾਡੇ ਤੋਂ ਪੂਰੇ ਪੈਸੇ ਵੀ ਲੈ ਲੈਣਗੇ ਪਰ ਤੁਹਾਡੇ ਪੈਟਰੋਲ ਟੈਂਕ ਦੇ ਵਿੱਚ ਪੈਟਰੋਲ ਘੱਟ ਭਰਨਗੇ। ਆਖਿਰਕਾਰ ਇਹ ਸਕੈਮ ਹੋ ਕਿਵੇਂ ਰਿਹਾ ਅਤੇ ਇਸ ਸਕੈਮ ਦਾ ਪਰਦਾਫਾਸ਼ ਕਿਵੇਂ ਹੋ ਰਿਹਾ, ਆਓ ਜਾਣਦੇ ਹਾਂ ਇਸ ਖਾਸ ਰਿਪੋਰਟ ਦੇ ਵਿੱਚ। ਦੀ ਗਣਤਾ ਯਾਨੀ ਕਿ ਪੈਟਰੋਲ ਯੂਜ਼ ਹੋਣ ਦੀ ਵੀ ਜਾਂਚ ਕਰੋ ਕਿ ਕਿੰਨੇ ਕਿਲੋਮੀਟਰ ਕਿੰਨੇ ਪੈਟਰੋਲ ਦੇ ਵਿੱਚ ਪੂਰੇ ਕੀਤੇ ਗਏ ਨੇ। ਦੱਸ ਦਿੰਦੇ ਹਾਂ ਕਿ ਇਹ ਗਣਤਾ ਪੈਟਰੋਲ ਦੇ ਲਈ 330 ਤੋਂ 800 ਕਿਲੋਗ੍ਰਾਮ ਪ੍ਰਤੀ ਘਨ ਮੀਟਰ ਅਤੇ ਡੀਜ਼ਲ ਲਈ 830 ਤੋਂ 900 ਕਿਲੋਗ੍ਰਾਮ ਪ੍ਰਤੀ ਘਨ ਮੀਟਰ ਹੋਣੀ ਚਾਹੀਦੀ ਹੈ। ਜੇਕਰ ਪੈਟਰੋਲ ਦੀ ਗਣਤਾ 330 ਯੂਨਿਟ ਤੋਂ ਘੱਟ ਹੈ ਤਾਂ ਮਤਲਬ ਹੈ ਕਿ ਪੈਟਰੋਲ ਵਿੱਚ ਮਿਲਾਵਟ ਕੀਤੀ ਗਈ ਹੈ। ਇਸ ਦੇ ਨਾਲ ਹੀ ਜੇਕਰ ਡੀਜ਼ਲ ਦੀ ਗਣਤਾ 830 ਯੂਨਿਟ ਤੋਂ ਘੱਟ ਵੇਖੀ ਜਾਂਦੀ ਹੈ ਤਾਂ ਇਸ ਵਿੱਚ ਮਿਲਾਵਟ ਹੋਣਾ ਤੈਅ ਹੈ। ਦੱਸ ਦਿੰਦੇ ਹਾਂ ਕਿ ਇੰਧਨ ਮੀਟਰ ਦੇ ਵਿੱਚ ਪ੍ਰਾਈਸ ਸੈਸ਼ਨ ਵੱਲ ਵੀ ਧਿਆਨ ਦੇਣਾ ਅਹਿਮ ਹੈ। ਜੇਕਰ ਇੰਧਨ ਭਰਦੇ ਸਮੇਂ ਮੀਟਰ 'ਚ ਪ੍ਰਾਈਸ ਜੰਪ 3-4 ਰੁਪਏ ਦਾ ਹੋਵੇ ਤਾਂ ਇਹ ਆਮ ਗੱਲ ਹੈ, ਪਰ ਜੇਕਰ ਤੁਸੀਂ 10 ਰੁਪਏ ਜਾਂ 20 ਰੁਪਏ ਦਾ ਪ੍ਰਾਈਸ ਜੰਪ ਦੇਖਦੇ ਹੋ ਤਾਂ ਸਮਝੋ ਕਿ ਮੀਟਰ ਨਾਲ ਛੇੜਛਾੜ ਕੀਤੀ ਗਈ ਹੈ। ਅਜਿਹੇ ਘਪਲਿਆਂ ਤੋਂ ਬਚਣ ਦੇ ਲਈ ਸੁਚੇਤ ਰਹਿਣ ਦੀ ਲੋੜ ਹੈ। ਜੇਕਰ ਤੁਸੀਂ ਸਾਵਧਾਨ ਨਹੀਂ ਰਹਿੰਦੇ ਤਾਂ ਤੁਹਾਡੇ ਨਾਲ ਧੋਖਾ ਹੋ ਸਕਦਾ ਹੈ। ਅਗਰ ਤੁਸੀਂ ਪੈਟਰੋਲ ਪੰਪ ਤੋਂ ਆਪਣੀ ਗੱਡੀ ਦੀ ਟੈਂਕੀ ਫੁੱਲ ਕਰਵਾਉਂਦੇ ਹੋ ਤਾਂ ਹੋ ਜਾਓ ਸਾਵਧਾਨ, ਕਿਉਂਕਿ ਪੈਟਰੋਲ ਪੰਪਾਂ ਤੇ ਹੋ ਰਿਹਾ ਇੱਕ ਵੱਡਾ ਸਕੈਮ। ਪੈਟਰੋਲ ਪੰਪ ਤੇ ਟੈਂਕ ਵੀ ਪੂਰਾ ਨਹੀਂ ਭਰਨਗੇ ਤੇ ਲੈ ਵੀ ਲੈਣਗੇ ਤੁਹਾਡੇ ਤੋਂ ਸਾਰੇ ਪੈਸੇ। ਸਤਿ ਸ਼੍ਰੀ ਅਕਾਲ, ਤੁਸੀਂ ਦੇਖ ਰਹੇ ਹੋ ਫੈਕਟ ਨਿਊਜ਼ ਅਤੇ ਮੈਂ ਸਿਮਰਨ ਧਾਲੀਵਾਲ। ਅਗਰ ਤੁਸੀਂ ਲਗਾਤਾਰ ਇੱਕ ਪੈਟਰੋਲ ਪੰਪ ਤੋਂ ਆਪਣਾ ਗੱਡੀ ਦਾ ਸਾਰਾ ਫੁੱਲ ਟੈਂਕ ਕਰਵਾਉਂਦੇ ਹੋ ਤਾਂ ਸਾਵਧਾਨ ਹੋਣ ਦੀ ਲੋੜ ਹੈ, ਕਿਉਂਕਿ ਪੈਟਰੋਲ ਪੰਪਾਂ ਤੇ ਵੱਡਾ ਸਕੈਮ ਚੱਲ ਰਿਹਾ। ਉਹ ਤੁਹਾਡੇ ਤੋਂ ਪੂਰੇ ਪੈਸੇ ਵੀ ਲੈ ਲੈਣਗੇ ਪਰ ਤੁਹਾਡੇ ਪੈਟਰੋਲ ਟੈਂਕ ਦੇ ਵਿੱਚ ਪੈਟਰੋਲ ਘੱਟ ਭਰਨਗੇ। ਆਖਿਰਕਾਰ ਇਹ ਸਕੈਮ ਹੋ ਕਿਵੇਂ ਰਿਹਾ ਅਤੇ ਇਸ ਸਕੈਮ ਦਾ ਪਰਦਾਫਾਸ਼ ਕਿਵੇਂ ਹੋ ਰਿਹਾ, ਆਓ ਜਾਣਦੇ ਹਾਂ ਇਸ ਖਾਸ ਰਿਪੋਰਟ ਦੇ ਵਿੱਚ। ਦੀ ਗਣਤਾ ਯਾਨੀ ਕਿ ਪੈਟਰੋਲ ਯੂਜ਼ ਹੋਣ ਦੀ ਵੀ ਜਾਂਚ ਕਰੋ ਕਿ ਕਿੰਨੇ ਕਿਲੋਮੀਟਰ ਕਿੰਨੇ ਪੈਟਰੋਲ ਦੇ ਵਿੱਚ ਪੂਰੇ ਕੀਤੇ ਗਏ ਨੇ। ਦੱਸ ਦਿੰਦੇ ਹਾਂ ਕਿ ਇਹ ਗਣਤਾ ਪੈਟਰੋਲ ਦੇ ਲਈ 330 ਤੋਂ 800 ਕਿਲੋਗ੍ਰਾਮ ਪ੍ਰਤੀ ਘਨ ਮੀਟਰ ਅਤੇ ਡੀਜ਼ਲ ਲਈ 830 ਤੋਂ 900 ਕਿਲੋਗ੍ਰਾਮ ਪ੍ਰਤੀ ਘਨ ਮੀਟਰ ਹੋਣੀ ਚਾਹੀਦੀ ਹੈ। ਜੇਕਰ ਪੈਟਰੋਲ ਦੀ ਗਣਤਾ 330 ਯੂਨਿਟ ਤੋਂ ਘੱਟ ਹੈ ਤਾਂ ਮਤਲਬ ਹੈ ਕਿ ਪੈਟਰੋਲ ਵਿੱਚ ਮਿਲਾਵਟ ਕੀਤੀ ਗਈ ਹੈ। ਇਸ ਦੇ ਨਾਲ ਹੀ ਜੇਕਰ ਡੀਜ਼ਲ ਦੀ ਗਣਤਾ 830 ਯੂਨਿਟ ਤੋਂ ਘੱਟ ਵੇਖੀ ਜਾਂਦੀ ਹੈ ਤਾਂ ਇਸ ਵਿੱਚ ਮਿਲਾਵਟ ਹੋਣਾ ਤੈਅ ਹੈ। ਦੱਸ ਦਿੰਦੇ ਹਾਂ ਕਿ ਇੰਧਨ ਮੀਟਰ ਦੇ ਵਿੱਚ ਪ੍ਰਾਈਸ ਸੈਸ਼ਨ ਵੱਲ ਵੀ ਧਿਆਨ ਦੇਣਾ ਅਹਿਮ ਹੈ। ਜੇਕਰ ਇੰਧਨ ਭਰਦੇ ਸਮੇਂ ਮੀਟਰ 'ਚ ਪ੍ਰਾਈਸ ਜੰਪ 3-4 ਰੁਪਏ ਦਾ ਹੋਵੇ ਤਾਂ ਇਹ ਆਮ ਗੱਲ ਹੈ, ਪਰ ਜੇਕਰ ਤੁਸੀਂ 10 ਰੁਪਏ ਜਾਂ 20 ਰੁਪਏ ਦਾ ਪ੍ਰਾਈਸ ਜੰਪ ਦੇਖਦੇ ਹੋ ਤਾਂ ਸਮਝੋ ਕਿ ਮੀਟਰ ਨਾਲ ਛੇੜਛਾੜ ਕੀਤੀ ਗਈ ਹੈ। ਅਜਿਹੇ ਘਪਲਿਆਂ ਤੋਂ ਬਚਣ ਦੇ ਲਈ ਸੁਚੇਤ ਰਹਿਣ ਦੀ ਲੋੜ ਹੈ। ਜੇਕਰ ਤੁਸੀਂ ਸਾਵਧਾਨ ਨਹੀਂ ਰਹਿੰਦੇ ਤਾਂ ਤੁਹਾਡੇ ਨਾਲ ਧੋਖਾ ਹੋ ਸਕਦਾ ਹੈ।